वाहिगुरु जी का खालसा, वाहिगुरु जी की फतेह। मैनू गल स्टार्ट करनी नहीं आ रही तो मैं पंजाब सरकार बार दसा कि पहला मैं गल कर देव RTI की। सज्जनों तुहाडा जिहड़ा कह लो कि जिहड़ी अपनी सरकार आ, ये सरकार हुण RTI का गल कुटन जा रही आ। जिवें अगे आपां वेख लैंदे सी किसी मंत्री ने घपले किते ओह बाहर आ जांदे सी, लोग हल्ला बोल दिंदे सी, ओह आह किवें हो गया। हुण ये चीज़ां ओह बंद कर रहे आ। हुण मैं गल फिर मैं कहना मैं स्टार्ट करां ते करां कित्थों, मैं तुहानूं एक इन्नी गल दस दिंदा, मेरी ये थोड़ी जी वीडियो पहले सुन लो, जेकर गाह तुहाडा दिल करे तां गाह ना सुनिया जे, बाकी तुहाडी मर्जी आ। एक RTI जिहड़ा 2005 दे विच कानून बनाया गया सी, एक्ट बनाया गया सी कि जेकर कोई मंत्री जां कोई अधिकारी जां कोई चंगा जिहड़ा आपां कह दिंदे बड़ा अफसर तगड़ा, सिपाही तो लै के चंगे अफसर तक, पंजाब जिहड़ा कह लो पिंड दा जिहड़ा ग्राम पंचायत दा जिहड़ा मैंबर हुंदा, मैंबर तो लै के राष्ट्र दे प्रधानमंत्री तक RTI पै जांदी सी कि आ बई प्रधानमंत्री ने आ, तुहाडे MP ने आ, MLA ने भी आ, दसो जी पहले तो कोल आ कुछ सी, आ हुण इहदे कोल कित्थों आ गया। वह कानून बनाया गया सी, पंजाब सरकार वह कानून नूं बंद कर रही आ, बंद नहीं कर रही, एक गल घुट रही आ विचों विचों। जिवें कह लो कि मिठाई का डब्बा लिया जांदा तो उहदे विच चुनमुंगां जिहड़ियां गुलाब जामुन होण, गुलाब जामुन जिहड़े होण वह कढ के रख दित्ते जाण, उदों बाद उहदा कोई वैल्यू नहीं रह गई। उही चीज़ आ हुण कानून दे विचों जिहड़े वड्डे गुलाब जामुन उह कढ के रख दित्ते गए आ, जिहदे कोई बुनियाद नहीं रह जाणी इह कानून दी। ਇਹ ਇੰਨੀ ਕੁ ਸੋਧ ਕਰ ਰਹੇ ਆ ਕਾਨੂੰਨ ਦੇ ਵਿੱਚ। ਮੈਂ ਫਿਰ ਕਹਿੰਦਾ ਮੈਨੂੰ ਉਹ ਗੱਲ ਸਟਾਰਟ ਕਰਨੀ ਨਹੀਂ ਆ ਰਹੀ, ਮੈਂ ਫਿਰ ਵੀ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ RTI ਸੀ ਉਹ 2005 ਦੇ ਵਿੱਚ ਬਣੀ, ਉਹ ਤਾਂ ਮੈਂ ਤੁਹਾਨੂੰ ਦੱਸਤੀ ਆ। ਉਹ ਬਣੀ ਕਿਉਂ ਸੀ, ਜਿਵੇਂ ਕੋਈ ਆਪਾਂ ਵੇਖਦੇ ਸੀ ਮੈਂਬਰ ਸੀਗਾ ਅਤੇ ਮੈਂਬਰ ਦੇ ਕੱਚਾ ਕੋਠਾ ਪਾਇਆ ਹੁੰਦਾ ਸੀ, ਇੱਕ ਉਦਾਹਰਣ ਦੇ ਰਿਹਾ, ਅਤੇ ਉਹ ਮੈਂਬਰ 5 ਸਾਲਾਂ ਵਿੱਚ ਆਪਦੀ ਕੋਠੀ ਖੜੀ ਕਰ ਲੈਂਦਾ। ਹੁਣ ਆਪਾਂ ਕਹਿੰਦੇ ਹਾਂ ਵੀ ਇਹਨੇ ਪੈਸਾ ਖਾਧਾ, ਇਹਨੇ ਪੈਸਾ ਖਾਧਾ, ਫਿਰ ਆਪਾਂ ਉਹਦੀ RTI ਪਾਉਂਦੇ ਹਾਂ ਰਾਈਟ ਟੂ ਇਨਫੋਰਮੇਸ਼ਨ ਕਿ ਭਾਈ ਸਾਹਿਬ ਜੀ, ਅਫਸਰ ਸਾਹਿਬ ਜੀ, ਆਹ ਜਿਹੜਾ ਫਲਾਨਾ ਮੈਂਬਰ ਆ ਵਿਸ਼ਵ ਦੀਪ ਲਾ ਲਓ, ਇਹ ਪਹਿਲਾਂ ਇੱਕ ਕਮਰੇ 'ਚ ਰਹਿੰਦਾ ਸੀ, ਟੁੱਟਿਆ ਜਿਹਾ ਮੋਟਰਸਾਈਕਲ ਸੀ, ਹੁਣ ਇਹਦੇ ਕੋਲ ਫੋਰਚੂਨਰ ਗੱਡੀ ਆ, ਕਿੱਥੋਂ ਆਈ ਆ, ਕਿਵੇਂ ਆਈ ਆ। ਫਿਰ ਉੱਥੋਂ ਲਿਖ ਕੇ ਘੱਲਦੇ ਸੀ ਕਿ ਭਾਈ ਸਾਹਿਬ ਪਿੰਡ ਦੇ ਵਿੱਚ, ਉਦਾਹਰਨ ਜਿਵੇਂ ਇੱਧਰ ਮਾੜਾ ਜਿਹਾ ਇੱਧਰ ਕਰਦੇ ਕੁੜ ਗਈ, ਜਿਵੇਂ ਮੰਨ ਲਓ ਉਦਾਹਰਨ ਦੇ ਤੌਰ 'ਤੇ ਇੱਧਰ ਕਰ ਲਓ ਹੁਣ ਕੈਮਰਾ, ਉਦਾਹਰਨ ਦੇ ਤੌਰ 'ਤੇ ਇਹ ਚੀਜ਼ ਕੋਈ ਮੇਚ ਹੋਵੇ ਤਾਂ ਮੇਚ ਆਇਆ ਹੋਵੇ 2500 ਦਾ, ਕਿ ਭਾਈ ਸਾਹਿਬ 2500 ਦਾ ਮੇਚ ਆ, ਅਤੇ ਕਾਗਜ਼ਾਂ 'ਚ ਪਾ ਦਿੱਤਾ ਜਾਵੇ 5000 ਰੁਪਏ ਦਾ, 2500 ਰੁਪਏ ਦਾ ਘਪਲਾ ਹੋ ਗਿਆ ਕਿ ਨਹੀਂ ਹੋ ਗਿਆ। ਉਸੇ ਤਰ੍ਹਾਂ ਇਹ RTI ਨੇ ਬੜੇ ਘਪਲੇਬਾਜ਼ ਕੱਢੇ, ਮੈਂਬਰਾਂ ਦੇ ਕੱਢੇ, ਸਰਪੰਚਾਂ ਦੇ ਕੱਢੇ, MLA ਦੇ ਕੱਢੇ, ਸਾਬਕਾ ਮੁੱਖ ਮੰਤਰੀਆਂ ਦੇ, ਮੰਤਰੀਆਂ ਦੇ, ਕੋਈ ਹੋਰ ਮੰਤਰੀਆਂ ਦੇ ਕਹਿ ਲਓ, ਅਤੇ ਜਿਹੜੇ ਘਪਲੇ ਸਾਹਮਣੇ ਆਏ। ਪਰ ਮੈਨੂੰ ਲੱਗਦਾ ਹੈ ਜਿਹੜੀਆਂ ਸਰਕਾਰਾਂ ਇੰਨਾ ਸੋਧ ਕਰ ਰਹੀਆਂ ਚੀਜ਼ ਦੇ ਵਿੱਚ, ਇਹਨੂੰ ਜਿਹੜਾ ਕਹਿ ਲਓ ਕਿ ਦਬਾਇਆ ਜਾ ਰਿਹਾ। ਹੁਣ ਮੈਂ ਗੱਲ ਕਰਾਂ ਪੰਜਾਬ ਸਰਕਾਰ ਵੀ ਇਹਦੇ ਵਿੱਚ ਜਿਹੜਾ ਕਹਿ ਲਓ ਕਿ ਅੱਜ ਨਵਾਂ ਹੀ ਇਹਨੇ ਕਹਿਤਾ ਜੀ ਫਰਮਾਨ ਕਰਤਾ ਕਿ ਹੁਣ ਜਿਹੜਾ ਕੋਈ ਅਫਸਰ ਹੋਊਗਾ ਜਾਂ ਕੋਈ ਮੰਤਰੀ ਹੋਊਗਾ, ਤੁਸੀਂ ਉਹਦੇ ਬਾਰੇ ਵੀ ਉਹਦੇ ਕਹਿ ਲਓ ਕਿ ਉਹਦੇ ਮੈਡੀਕਲ, ਜਿਵੇਂ ਕਹਿ ਲਓ ਕਿ ਆਪਾਂ ਕਹਿੰਦੇ ਫਲਾਨੇ ਇਲਾਜ 'ਤੇ, ਫਲਾਨੇ ਮੰਤਰੀ ਦੇ ਇਲਾਜ 'ਤੇ 2 ਕਰੋੜ ਰੁਪਈਆ ਲੱਗ ਗਿਆ, ਫਲਾਨੇ MLA ਦੇ 3 ਲੱਖ ਰੁਪਈਆ ਲੱਗ ਗਿਆ ਇਲਾਜ 'ਤੇ, ਫਲਾਨੇ MLA ਦੇ 15 ਲੱਖ ਲੱਗ ਗਿਆ। ਪਰ ਹੁਣ ਮੈਂ ਗੱਲ ਇੱਥੇ ਇਹ ਕਰਦਾ ਕਿ ਜਿਹੜਾ ਉਹ 15 ਲੱਖ ਇਲਾਜ ਦਾ ਸੀ ਜਾਂ ਕਿਸੇ ਵੀ ਚੀਜ਼ ਦਾ ਸੀਗਾ, ਅਤੇ ਉਹ ਜਿਹੜਾ ਇਲਾਜ ਹੁਣ ਉਹ ਕਹਿੰਦੇ ਵੀ ਤੁਸੀਂ ਇਹ ਚੀਜ਼ਾਂ ਨਹੀਂ ਮੰਗਵਾ ਸਕਦੇ, ਨਾ ਹੀ ਤੁਸੀਂ ਉਹਦੀ ਨਿੱਜੀ ਪ੍ਰੋਪਰਟੀ ਜਾਣ ਸਕਦੇ ਆ। ਉਹਦੇ ਵਿੱਚ ਇਹਨਾਂ ਨੇ ਸੋਧ ਕੀਤੇ ਆ, ਗੱਲ ਘੁੱਟੇ ਇਹਨਾਂ ਨੇ। ਹੁਣ ਮੈਂ ਇਹ ਗੱਲ CM ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ CM ਸਾਹਿਬ ਇਹ ਗੱਲ ਐਂ ਹੋ ਰਹੀ ਆ ਕਿ ਕੋਈ ਮਾਲਕ ਹੋਵੇ ਉਹਨੇ ਆਪਦੇ ਨੌਕਰ ਨੂੰ ਘੱਲਿਆ ਹੋਵੇ ਸਮਾਨ ਲੈਣ ਵਾਸਤੇ, ਕਹਿੰਦਾ ਜਾ ਨੌਕਰਾ ਜਾ ਕੇ ਉੱਥੋਂ ਮੈਨੂੰ ਸਬਜ਼ੀ ਲਿਆ ਕੇ ਦੇ। ਹੁਣ ਸਬਜ਼ੀ ਆਈ ਕਿੰਨੇ ਦੀ ਆ? ਸਬਜ਼ੀ ਆਈ ਆ ਜੀ 10 ਰੁਪਈਏ ਕਿਲੋ, ਟਮਾਟਰ ਆਉਂਦੇ ਤਾਂ ਨਹੀਂ ਗਏ, ਮੈਂ ਵੈਸੇ ਦੱਸ ਰਿਹਾ। ਉਹਨੇ 10 ਕਿਲੋ 10 ਰੁਪਈਆਂ ਦੇ ਹਿਸਾਬ ਦੇ ਨਾਲ ਕਿਲੋ ਟਮਾਟਰ ਲਿਆਂਦੇ, ਭਿੰਡੀਆਂ ਲਿਆਂਦੀਆਂ 40 ਰੁਪਈਆਂ ਦੇ ਹਿਸਾਬ ਦੇ ਨਾਲ, ਉਹਨੇ 10-12 ਚੀਜ਼ਾਂ ਲਿਆਂਦੀਆਂ। ਹੁਣ ਮਾਲਕ ਕਹਿੰਦਾ ਕਿ ਭਾਈ ਸਾਹਿਬ ਮੈਨੂੰ ਹਿਸਾਬ ਦੱਸ, ਵੀ ਮੈਨੂੰ ਸ਼ੱਕ ਪੈਂਦਾ ਇਹਦੇ 'ਤੇ। ਹੁਣ ਉਹਨੇ ਸਮਾਨ ਤਾਂ ਲਿਆਂਦਾ 100 ਰੁਪਈਏ ਦਾ ਨੌਕਰ ਨੇ, ਅਤੇ ਮਾਲਕ ਨੂੰ ਦੱਸੀ ਜਾਂਦਾ ਜੀ ਮੈਂ 1000 ਰੁਪਈਏ ਦਾ ਲਿਆਂਦਾ। ਹੁਣ ਜਿਹੜਾ ਮਾਲਕ ਆ ਆਮ ਜਨਤਾ ਮਾਲਕ ਆ, ਹੁਣ ਆਮ ਜਨਤਾ ਦੇ ਵਿੱਚੋਂ ਜਿਹੜੇ ਕਹਿ ਲਓ ਕਿ ਮਾਲਕ ਆ, ਉਹਨਾਂ ਨੂੰ ਸ਼ੱਕ ਹੋ ਰਿਹਾ ਵੀ ਯਾਰ ਇਹ ਕੀ ਗੱਲ ਆ, ਇਹ ਕਿਉਂ ਬਾਤ ਆ, ਮਤਲਬ ਮੈਂ ਇਹਦੀ ਮਤਲਬ ਕਰਦੇ ਇਨਕੁਆਇਰੀ।
हुण उह इनकुआरी लैंदा कि भाई साहब इन्ना किवें हो गया। हुण नौकर पता की कह रहा अगों की कानून बना रहा कि मालक आ मालक सिर्फ तुसी मालक साहब साढ़े कोलों सिर्फ तीन चार चीज़ां जान सकते हैं तुसी ये चीज़ां नहीं जान सकते कि मेरे कोल पहला कच्चा कोठा सीगा हुण मैं तुहाडे लग के आपदे कोठी पाली आ किवें पाली आ। हुण मालक साहब तुसी मेरा मैडिकल का खर्चा नहीं गिन सकते मेरे तो हिसाब किताब नहीं लै सकते। ये सीएम साहब ये गल हो रही आ ये असी मालक होइए MLA MP साढ़े नौकर होण बिल पास करन कि जां मान लो कह देण कि भाई साहब हुण तुसी साढ़े तो आह चीज़ां नहीं मंग सकते ये गल ऐ हो रही आ। ये हुण मैं दस दिना लोगों नूं क्यों हो रही आ। पंजाब दे किसे नागरिक ने RTI पाई कि वह RTI दे विचों पता लग्या कि दिव्या ग्राम पिंड आ जिहड़ा जलंधर दा पिंड दस्सिया पता नहीं किहड़े जिले दा दस्सिया वह कहिंदे जी उहदे विच इन्हां ने ग्रांटां भेजियां क्या बात आ जिन्नियां पंजाब दे विच ग्रांटां नहीं वंडियां जिन्नियां पिंड च विखा दियां होणगियां इन्हां ने। जदों पिंड पता किया भी दिव्या ग्राम पिंड है कित्थे आ उदों पता लग्या भी है तो वह पंजाब का पिंड ही आ है तो पंजाब के जिले का पिंड ही आ है तो किसी ब्लाक का पिंड ही आ पर जिहड़ा पिंड आ ਉਹ ਪੰਜਾਬ ਦੀ ਧਰਤੀ ਤੇ ਨਹੀਂ ਗਾ ਕਿਸੇ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਨਹੀਂ ਗਾ ਜਿਹੜਾ ਉਹ ਪਿੰਡ ਆ ਉਹ ਚੰਦ ਤੇ ਰਹਿੰਦਾ। ਉਹ ਜਦੋਂ ਪਤਾ ਕੀਤਾ ਉਹ ਭਾਈ ਸਾਹਿਬ ਪਤਾ ਹੀ ਨਹੀਂ ਲੱਗਿਆ ਵੀ ਦਿਵਿਆ ਗ੍ਰਾਮ ਪਿੰਡ ਹੈ ਕਿੱਥੇ ਆ ਗ੍ਰਾਂਟਾਂ ਨਜਾਇਜ਼ ਕਿੰਨਾ ਉੱਥੇ RTI ਪਾਈ ਮੀਡੀਆ ਨੇ ਖਬਰ ਲਾਈ ਮੈਂ ਖਬਰ ਚੈੱਕ ਕੀਤੀ ਇਹ ਹੁਣ ਕਿਤੇ ਜਿਹੜੀਆਂ ਕਹਿ ਲਓ ਕਿ RTI ਵਿੱਚੋਂ ਜਿਹੜੇ ਕਾਨੂੰਨ ਹੈ ਵਿੱਚੋਂ ਤਾਂ ਨਹੀਂ ਬੰਦ ਹੋ ਰਹੇ। ਸਿੰਘ ਸਾਹਿਬ ਵੇਖੋ ਆਮ ਜਨਤਾ ਦਾ ਕੰਮ ਆ ਪੁੱਛਣਾ ਅਸੀਂ ਪੁੱਛ ਰਹੇ ਹਾਂ ਅਸੀਂ ਮਾਲਕ ਹਾਂ ਇੱਥੋਂ ਦੇਸ਼ ਦੇ। ਅਤੇ ਫਿਰ ਕਣਕ ਆ ਜਿਹੜੀ ਕਰੋੜਾਂ ਰੁਪਈਆਂ ਦੀ ਜਿਹੜੀ ਕਣਕ ਆ ਉਹ ਜਿਹੜਾ ਕਹਿ ਲਓ ਸਿੱਧੂ ਦੇ ਨਾਲ ਕੋਈ MLA ਰਹਿੰਦਾ ਖਣੀ ਉਹਦਾ ਕੋਈ ਭਾਂਜਾ ਸੀਗਾ MLA ਦਾ ਜਿਹੜਾ ਉਹਨੇ ਕਰੋੜਾਂ ਰੁਪਈਆਂ ਦੀ ਕਣਕ ਨੂੰ ਫੂਕ ਮਾਰਤੀ ਪਤਾ ਨਹੀਂ ਕਿੱਧਰ ਹੀ ਗਈ। ਜਦੋਂ ਕੋਈ ਗਰੀਬ ਕਿਸਾਨ ਕੋਈ ਲੋਨ ਲੈਂਦਾ ਤਾਂ ਬੈਂਕ ਦੇ ਬਾਹਰ ਇੱਥੇ ਜੇ ਫੋਟੋ ਲਾ ਦਿੰਦੇ ਆ ਕਿ ਭਾਈ ਸਾਹਿਬ ਇਹ ਤਾਂ ਐਂ ਆ ਜਾਵਾਂ ਉਹਦੇ ਪਿੰਡ ਦਾ ਕੋਈ ਦੁਸ਼ਮਣ ਜਾਂਦਾ ਉਹ ਜਾ ਕੇ ਪਿੰਡ ਵਾਲਿਆਂ ਨੂੰ ਦੱਸਦਾ ਤਾਂ ਐਂ ਦੱਸਦਾ ਫਲਾਣੇ ਤਾਂ ਫੋਟੋ ਲੱਗੀ ਪਈ ਆ ਉਹ ਫਿਰ ਰੱਸਾ ਚੱਕਦਾ ਉਹ ਫਾਇਲ ਲੈ ਲੈਂਦਾ। ਹੁਣ ਕਣਕ ਵਾਲੇ ਨੇ ਤਾਂ ਲਿਆ ਨਹੀਂ ਹੁਣ ਜਿਨ੍ਹਾਂ ਨੇ ਦਿਵਿਆ ਗ੍ਰਾਮ ਪਿੰਡ ਨਜਾਇਜ਼ ਬਣਾਤਾ ਗ੍ਰਾਂਟਾਂ ਨਵੀਆਂ ਭੇਜਤੀਆਂ ਐਵੇਂ ਭੇਜਤੀਆਂ ਉਹਨਾਂ ਨੇ ਤਾਂ ਫਾਇਲ ਲਿਆ ਨਹੀਂ। ਅਤੇ ਮਜ਼ਦੂਰ ਦੀ ਕੀ ਗੱਲ ਕਰਾਂ ਮਜ਼ਦੂਰ ਨੂੰ ਤਾਂ ਚਲੋ ਕਿਤੇ ਲੋਨ ਹੀ ਨਹੀਂ ਮਿਲਦਾ। ਹੁਣ ਫਿਰ ਜੇ ਗੱਲ ਕੀਤੀ ਜਾਵੇ ਬੜੇ MLA ਸੀ ਜਿਨ੍ਹਾਂ ਨੇ ਆਪਦੇ ਐਵੇਂ ਕੋਈ ਪਤਾ ਨਹੀਂ ਪਾਤੇ ਕਲੇਮ ਕਲੂਮ ਪਾਤੇ ਉਹਨਾਂ ਦੇ ਕਲੇਮ ਕੱਢੇ। ਜਦੋਂ ਸਿੱਧੂ ਨੇ ਲਾਂਘਾ ਖਿਲਾਇਆ ਸੀਗਾ ਕਰਤਾਰਪੁਰ ਸਾਹਿਬ ਜੀ ਦਾ ਜਦੋਂ ਲਾਂਘਾ ਖਿਲਾਇਆ ਉਦੋਂ ਕਿਸੇ ਬੰਦੇ ਨੇ RTI ਪਾਈ ਸੀਗੀ ਦੈਨਿਕ ਸਵੇਰਾ 'ਤੇ ਖਬਰ ਲੱਗੀ ਸੀ ਉਹਦੇ ਵਿੱਚ ਕੀ ਦੱਸਿਆ ਗਿਆ ਸੀਗਾ ਕਿ ਸਿੱਧੂ ਸਾਹਿਬ ਬੈਠੇ ਤਾਂ ਪੈਦੇ 'ਚ ਸੀਗੇ ਮਤਲਬ ਪਾਕਿਸਤਾਨ 'ਚ ਪਰ ਉਹ ਦੱਸ ਰਹੇ ਸੀ ਜੀ ਮੈਂ 19 ਕਿਲੋਮੀਟਰ ਗਿਆ ਮੈਂ ਫਲਾਨੀ ਥਾਂ 'ਤੇ ਗਿਆ ਅਤੇ ਪਤਾ ਨਹੀਂ ਕੁਝ ਕੁ ਹਜ਼ਾਰ ਦਾ ਘਪਲਾ ਹੋਇਆ ਸੀ ਪਤਾ ਨਹੀਂ ਲਗਭਗ 15-20 ਹਜ਼ਾਰ ਦੇ ਨੇੜ ਤੇੜ ਸੀਗਾ ਲਗਭਗ। ਹੁਣ ਸਿੱਧੂ ਸਾਹਿਬ ਤਾਂ ਉੱਥੇ ਬੈਠੇ ਸੀ ਬੇਸ਼ੱਕ ਭਲਾ ਸਿੱਧੂ ਸਾਹਿਬ ਨੇ ਨਾ ਪਾਇਆ ਹੋਵੇ ਪਰ ਕਿਸੇ ਨਾ ਕਿਸੇ ਨੇ ਤਾਂ ਪਾਇਆ। ਫਿਰ ਇਹ RTI ਬੰਦ ਕਿਉਂ ਹੋ ਰਹੀ ਆ ਮੈਂ ਲੋਕਾਂ ਨੂੰ ਦੱਸ ਰਿਹਾ ਲੋਕ ਤੁਹਾਡੀ ਮਰਜ਼ੀ ਆ ਸ਼ੇਅਰ ਕਰੋ ਜਾਂ ਨਾ ਕਰੋ ਸਾਧੂ ਮੇਰੀ ਤਾਂ ਗੱਲ ਸੁਣੋ ਮੇਰਾ ਤਾਂ ਕੋਈ ਲੱਲਾ ਖੱਖਾ ਨਹੀਂ ਇਹਨਾਂ ਦੇ ਨਾਲ ਪਰ ਇਹ ਘਪਲੇਬਾਜ਼ੀਆਂ ਤੁਹਾਡੇ ਨਾਲ ਹੁੰਦੀਆਂ ਮੈਂ ਦੱਸ ਰਿਹਾ ਵੀ ਇਹ ਕਿਉਂ ਹੋ ਰਹੀਆਂ। ਫਿਰ ਪੰਜਾਬ ਦੇ ਵਿੱਚ ਲਗਭਗ 100 ਦੇ ਨੇੜੇ ਤੇੜੇ MLA ਸਾਬਕਾ MP ਸਾਬਕਾ ਮੁੱਖ ਮੰਤਰੀ ਆਪਦੀਆਂ ਤਨਖਾਹਾਂ ਲੈ ਰਹੇ ਆ ਲੱਖਾਂ ਰੁਪਈਆ ਤਨਖਾਹ ਲੈ ਰਹੇ ਆ ਲੱਖਾਂ ਰੁਪਈਆ ਤਨਖਾਹ ਦੇ ਵਿੱਚੋਂ ਉਹ ਆਪਦਾ ਟੈਕਸ ਨਹੀਂ ਭਰਦੇ ਉਹ ਫਿਰ ਉਹ ਕਿਸੇ ਨੇ RTI ਪਾਈ ਉਹ ਫਿਰ ਦੋ ਇੱਕ MLA ਨੇ ਚੱਕਿਆ ਕਾਗਜ਼ ਆ ਕਹਿੰਦਾ ਜੀ ਮੈਂ ਤਾਂ ਕਹਿੰਦਾ ਜੀ ਮੇਰਾ ਤਾਂ ਤੁਸੀਂ ਚੱਕੋ ਟੈਕਸ ਕਹਿੰਦਾ ਮੈਂ ਤਾਂ ਟੈਕਸ ਦੇਊਂਗਾ ਜਦੋਂ ਕਿਸੇ ਨੇ RTI ਪਾ ਦਿੱਤੀ ਜਦੋਂ ਪਤਾ ਲੱਗਿਆ ਵੀ RTI ਪੈ ਗਈ ਆ ਇਹ ਹੁਣ ਤਾਂ ਨਹੀਂ ਬੰਦ ਹੋ ਰਿਹਾ ਇਹ ਕਾਨੂੰਨ ਜਾਂ ਤਾਂ ਨਹੀਂ ਇਹਦਾ ਗੱਲ ਕੁੱਟਿਆ ਜਾ ਰਿਹਾ ਮੈਂ ਫਿਰ ਦੱਸ ਦੇਵਾਂ ਮੇਰੇ ਮੂੰਹ 'ਚੋਂ ਬੰਦ ਨਿਕਲਦਾ ਵੈਸੇ ਬੰਦ ਹੀ ਕਿੱਗੇ ਇਹਦੇ ਵਿੱਚ ਨਾ ਇਹਨਾਂ ਨੇ ਸੁਧਾਰ ਕੀਤਾ ਵੀ ਹੁਣ ਤੁਸੀਂ ਮੰਤਰੀਆਂ ਦੇ ਕੰਮ ਨਹੀਂ ਜਾਣ ਸਕਦੇ ਵੀ ਉਹਨਾਂ ਕੋਲ ਕਿੰਨੀ ਪ੍ਰੋਪਰਟੀ ਸੀ ਕਿਵੇਂ ਬਣ ਗਈ ਆ ਉਹਦੇ ਇਲਾਜ ਬਾਰੇ ਨਹੀਂ ਜਾਣ ਸਕਦੇ ਅਤੇ ਹੁਣ ਇਹੋ ਜਿਹੇ ਮੰਤਰੀ ਆ ਜਿਨ੍ਹਾਂ ਨੇ ਕਰੋੜਾਂ ਰੁਪਈਏ ਦਾ ਇਲਾਜ ਕਰਾਇਆ। ਹੁਣ ਯਾਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰੀ ਖਜ਼ਾਨਾ ਅਸੀਂ ਭਰਨ ਵਾਲੇ ਲੋਕ ਹਾਂ ਹੁਣ RTI ਬਣੀ ਕਿਉਂ ਸੀ ਲੋਕਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਵਾਂ ਤੁਹਾਡੇ ਮਨ ਦੇ ਵਿੱਚ ਇਹ ਆ ਕਿ ਤੁਸੀਂ ਟੈਕਸ ਨਹੀਂ ਭਰਦੇ ਜਿਹੜਾ ਗਰੀਬ ਬੰਦਾ ਰੋਟੀ ਖਾ ਕੇ ਪੈਂਦਾ ਚਾਹ ਵੀ ਪੀਂਦਾ ਪਾਣੀ ਵੀ ਪੀਂਦਾ ਕੱਪੜੇ ਵੀ ਪਾਉਂਦਾ ਉਹ ਬੰਦਾ ਟੈਕਸ ਦਿੰਦਾ ਗਰੀਬ ਤੋਂ ਗਰੀਬ ਅਤੇ ਗਰੀਬ ਤੋਂ ਲੈ ਕੇ ਅਮੀਰ ਤੱਕ ਮੈਨੂੰ ਪਤਾ ਲੱਗਿਆ ਕਹਿੰਦਾ 36 ਰੁਪਈਏ ਟੈਕਸ ਹੁੰਦਾ ਇੱਕ ਬੰਦੇ ਦਾ ਅਤੇ ਹੁਣ ਮੇਰੇ ਪਿੰਡ ਦੀ 2642 ਵੋਟਾਂ
8000 आबादी आ, तो 36 रुपया के हिसाब नाल 2,80,000 बनता लगभग, की कोई 1,000-2,000 उत्ते बनता हो, साल का 12 करोड़ रुपया बनता। तो जेकर पंजाब की जनता 1-3 करोड़ लगभग आबादी, तो जेकर एदा टैक्स बनाया जाए 36 रुपये के हिसाब के नाल, हो सकता भाई साहब मैं कुछ गलत कह रहा वहाँ, कोई वध कह रहा वहाँ, कोई घट कह रहा वहाँ, पर लोग फेसबुक से रौला पाते भी 36 रुपये एक बंदा टैक्स भरता। पंजाब की गल की जाए तो लगभग 108 करोड़ रुपया डेली का बनता है। हो सकता भोरा घट बनता हो, भोरा वध बनता हो, पर यह हुण कहिंदे वी तुसीं इह टैक्स तो दिंदे आ, तुसीं सानू तनखाहां तो दिंदे आ, पर तुसीं साडे तों हिसाब किताब नहीं मंग सकते। की गल बई, हिसाब किताब क्यों नहीं मंग सकते? हिसाब किताब असीं मंगांगे। सीएम साहब कीता कि पंजाब दे विच लोग सवाल पुछदे आ, जेकर तुसीं कोई चंगा नहीं कीता सी तां माड़ा तां ना करदे। मैं लोगों नूं कहिंदा इह चीज़ नूं शेयर करो, किसी मीडिया चैनल ने नहीं विखाई। मैं तो एक चैनल पर वेखी सी, फिरोजपुर एरिए दा चैनल सीगा, इधर गुरु हर साहिब दा सच लाइव इस तरीके का, वह तो वेखी तो मैनू बड़ी अग लगी। मैं खेरे दा की मतलब होया? ये सज्जनों MLA एमपियां दे 5-7 साल दे विच इहो जिहे घपले बाहर आए आ, जिहदे नाल लोगों नूं पढ़ लो छोटंगा कहिंदे ओहो हो क्या बात आ, क्या बात आ। लोगों के जागरूकता आई जाती आ, ये लोगों के खत्म कर रहे आ, ये नहीं चाहते कि लोग जागण, तां दा स्कूल बंद कर देंगे, ठेके खोल देंगे, शराब पीन, पिग लाउण, रोटी खाण या ना खाण, मंजे दे पै जाण, जुत्ती लाई आ या ना लाई, उहदे नाल इहनां नूं कोई पता नहीं। बस ये कहिंदे देश साडा सुत्ता रहे। तो मैं गल कह देवां, किसे नूं थापड़ी मारन वालिया तैनूं इहो जी थापड़ वज जाणी आ कि लोग थापड़ मार के आपां सवा दिंदे आ, कहिंदा सौं जा, जदों उहदी थापड़ वजी ना किसे ते वी सौं जा, उस तो बाद कोई बंदा उठन वाला नहीं गा। मैं तो मेरा किसी नाल वैर नहीं गा, मैं ये गल कहना सारिया पार्टियां, मैं कोई भी पार्टी नहीं बोलता वेख रहा इस मामले पर। की गल, जदों तनखाहां वधाउणियां MLA दियां MPियां दियां, उदों कदे रौले पैंदे वेख्या तुसीं? जदों आम जनता का काम होवे एवें मेज तोड़ी जाणगे, तोड़ता मेज नहीं, नहीं जी नहीं। हुण जिहड़ा स्पीकर आ, चाहे कोई असैंबली का स्पीकर आ, चाहे कोई कह लो, चाहे कोई लोग सभा का स्पीकर आ, चाहे कोई विधानसभा का, अच्छा हुण जिहड़े स्पीकर आ, मैं ये भी बेनती करदा कि जेकर कोई जे तो कोई है विधानसभा का स्पीकर साहब, जिहड़े वह पंजाब च ही होने चाहिए आ, उन्हां जनता च ही होने चाहिए आ जिहड़े पंजाब दे हुण, क्योंकि की पता कित्थों आउंदे आ विचारे, पता नहीं बाहरले मुल्कों आउंदे आ। जिहड़ा मुद्दा पंजाब दे विच चल रहा हुंदा वह आपां विधानसभा दे विच चीक चीक के दसना पैंदा, स्पीकर साहब पंजाब दे विच आ हो गया, स्पीकर साहब पंजाब दे फलाने कोने ते आ हो गया। दसो यार, जिहड़े स्पीकर नूं दस रहे आ कि वह पंजाब दा रहण वाला नहीं, जां कि उहनूं पंजाब दे मुद्दिआं दे बारे पता नहीं, किहो जिहियां गल्लां करदे आ। जेकर गल कीती जावे लोक सभा दी, लोक सभा दे विच MP रौला पाउणगे स्पीकर साहब, स्पीकर साहब, स्पीकर साहब। की गल भी, स्पीकर साहब अपनी इंडिया दा नहीं, कितों बाहरले मुल्कां चों आए आ। ये सज्जन प्यारिओ, लोगों को ऐ लग रहा कि जिवें विधानसभा दे विच जाके ते लोक सभा दे विच जाके लोगों के नाल एक्टिंग जी की जा रही होवे। मैं सारे नूं बेनती करदा कि तुसीं जो करी जाने ठीक करी जाने, पर यह भी एक हुण जिहड़ा कह लो केंद्र सरकार नहीं बनाया सी बिल, जिहड़ा कानून बनाया सी, एक्ट बनाया सी, तां जेकर पंजाब सरकार इहदे विच सोध कर रही आ, तां जिहड़े काले कानून बनाए आ सेंटर सरकार ने, तां इह भी भाई साहब फिर पंजाब दे विचों बंद करो, पंजाब दीआं कंधां ते लिख के लाओ, पंजाब दे कंध कंध ते लिखो, हर एक दरबार कह लो जे दरवाजे ते लिखो कि काले कानून पंजाब दे विच रद्द नहीं होणगे, सारियां स्टेटां ही मता पाउण, फिर सेंटर सरकार कदी रहेगी। हुण इह गल मन्नो, जेकर तुसीं इहनां चीज़ां 'च सोध कर सकदे ना तो उन्हां चीज़ां नूं भी बंद कर सकदे आ। बाकी मेरे कोल गल्लां कई रह गईआं होणगीआं, पर मैं सज्जनो तुहानूं इह गल दस्सदी आ कि जिहड़े ये RTI सी, तुसीं इहदे नाल कुछ भी पता कर सकदे सी वी किसी मंत्री दे इलाज ते लगे आ 500 रुपया, उन्हें खाते च पाता होवे जी गां जी मेरा तो 5 लाख रुपया लग गया, हुण 5,50,000 ते 5 लाख च किड्डा फर्क आ तुसीं मैनूं दस्सो। लग्या 500 पौना 50,000, लग्या 50,000 पौना 5 लाख, वो जाना तो जनता के घरों ही है ना दिता गया। हुण ये चीज़ें बंद करा रहे आ। एक दिव्या ग्राम पिंड जिहड़ा रौला पै गया, कणक का रौला पै गया,
एम एल ए दियां पेंशनां दियां रौला पै गया, इन्हां दे टैक्सां दा रौला पै गया, ये चीज़ां हुण तां बंद कर रहे आ। तो मैं बेनती करदा लोकां अगे, हो सकदा तुहानूं ये मेरियां गल्लां बकवास लगन, मैं खुद कहिंदा कि हो सकदा बकवास होण ये गल्लां, पर जिहड़े पंजाब बारे जिहड़े देश बारे जाणदे हो इन्हां चीज़ां नूं बकवास नहीं कहणगे। ये चीज़ां शेयर करनियां तुसीं तां कि लोकां नूं पता लग सके। जेकर तुसीं शेयर कर कैप्टन साहब, जेकर ये चीज़ शेयर होई तां तुसीं ये जिहड़ा तुसीं ये कहना कि मतलब तुसीं आह चीज़ां नहीं पता कर सकते। आर टी आई दी उन्नी पावर बनाउणी आ जिन्नी पहलां होई, जेकर ये तुहाडे तक ये वीडियो पहुँचती है। वाहिगुरू जी का खालसा, वाहिगुरू जी की फतेह।